ਕਿਸਕੇ ਚੜੇ ਤੇ ਲਾਪੁਰ ਤੇ ਪ੍ਰਸਥਾਨ ਵੀਰ ਜਾਮ ਮਾਰਗ ਚਲੇ ਕੁਨ ਨਿਸਕੀਨ ਪਿਆਮ ਵਾਹਿਗੁਰੂ ਜੀ ਕਾ ਉਦੋਂ ਇਸ ਨੇ ਹੁਕਮ ਦਿੱਤਾ ਵੀ ਚਲੋ ਥੋੜਾ ਸਮਾਂ ਤੁਸੀਂ ਵਿਸ਼ਰਾਮ ਕਰਕੇ ਆਪਣੇ ਚੁਕਾ ਕਰੋ।
ਦੂਰ ਕਰੋ। ਇੱਕ ਜਾਮ ਨੇੜੇ ਸੋਏ ਦੋ ਪੈਰ ਰੁਕੋ, ਕੇਵਲ 50 ਮਿੰਟ ਜਾਂ 15 ਘੰਟੇ ਦਾ ਸਮਾਂ ਜਿਹੜਾ ਇਹਨਾਂ ਨੇ ਆਪਣੀ ਫੌਜ ਨੂੰ ਦਿੱਤਾ, ਸਾਰਾ ਦਿਨ ਸਫ਼ਰ ਕਰਨ ਤੋਂ ਮਗਰੋਂ, ਅੱਧੀ ਰਾਤ ਦਾ ਸਫ਼ਰ ਕਰਨ ਤੋਂ ਮਗਰੋਂ ਕਹਿਣ ਲੱਗਾ, ਚਲੋ 15 ਘੰਟਾ ਜਾਂ 50 ਮਿੰਟ ਤੁਹਾਨੂੰ ਦਿੱਤਾ, ਇੰਨਾ ਸਮਾਂ ਤੁਸੀਂ ਰਾਤ ਕੱਢਣਾ ਕਰੋ। ਪਹੁੰਚਣੇ ਦਿਨ ਸਵਰੇ ਚੱਲੇ, ਇੰਨੇ ਚਿਰ ਨੂੰ ਫਿਰ ਦਿਨ ਚੜ ਗਿਆ, ਫਿਰ ਫੌਜ ਨੂੰ ਲੈ ਕੇ ਇੱਕ ਰਸਤੇ ਤੇ ਚੱਲਿਆ ਹੈ। ਚਾਰ ਜਾਮ ਮੈਂ ਪਹੁੰਚ ਗਏ ਸਾਲੇ, ਚਾਰ ਪੈਰ ਅੱਗੇ ਫਿਰ ਲੱਗ ਗਏ, ਅਗਲਾ ਦਿਨ ਵੀ ਲੱਗ ਗਿਆ। ਪਹਿਲਾ ਦਿਨ ਤੇ ਲਾਹੌਰ ਤੋਂ ਚੱਲ ਕੇ ਆਉਂਦਿਆਂ ਆਉਂਦਿਆਂ ਤੇ ਰਾਤ ਹਲੀ ਦਾ ਪਤਨ ਪਾਰ ਕਰਦਿਆਂ ਲੰਘ ਗਈ, ਅਗਲਾ ਦਿਨ ਫਿਰ ਹਲੀ ਦੇ ਪਤਨ ਤੋਂ ਮਹਾਰਾਜ ਤੱਕ ਜਾਂਦੇ, ਅਗਲਾ ਦਿਨ ਵੀ ਸਾਰਾ ਇਸੇ ਤਰ੍ਹਾਂ ਬਤੀਤ ਹੋ ਗਿਆ। ਬਹੁਤ ਸਾਲ ਦੂਸਰ ਹੋ ਰਿਹਾ, ਦੂਜੀ ਰਾਤ ਆ ਗਈ ਹੈ, ਸਫ਼ਰ ਕਰਦਿਆਂ ਦੂਜੀ ਰਾਤ ਪੈ ਗਈ ਹੈ। ਕਿਸ ਕਿਸ ਖਾਨ ਨੌਕੀਨ ਬਣਾਈ, ਸੋ ਕਿਸੇ ਕਿਸੇ ਨੇ ਜਿਹਨੂੰ ਕਿਤੇ ਮੌਕਾ ਮਿਲਿਆ ਉਹਨੇ ਭੱਜ ਨੱਠ ਕੇ ਥੋੜਾ ਬਹੁਤਾ ਖਾਣ ਪੀਣ ਦਾ ਜਿਹੜਾ ਭੋਜਨ ਸੀ ਬਣਾ ਕੇ ਤੇ ਉਸ ਵੇਲੇ ਦਾਨਾ ਦੇਣ ਸਿਨੋਂ ਨਿਹਾਰੇ, ਕਿਸੇ ਨੇ ਛਕ ਲਿਆ ਤੇ ਕਿਸੇ ਨੇ ਜਿੰਨੀ ਕੋਈ ਫੁਰਤੀ ਵਰਤੀ ਉਹਨੇ ਆਪਣੇ ਘੋੜੇ ਨੂੰ ਦਾਣਾ ਵੀ ਦੇ ਦਿੱਤਾ, ਕਿਸੇ ਨੇ ਨਿਹਾਰੀ ਉਹਦੇ ਮੂੰਹ ਵਿੱਚ ਦੇ ਦਿੱਤੀ ਵੀ ਘੋੜੇ ਨੂੰ ਵੀ ਖੁਰਾਕ ਚਾਹੀਦੀ ਹੈ ਤਾਂ ਹੀ ਇਹ ਭਜੇਗਾ, ਤਾਂ ਹੀ ਜੰਗ ਵਿੱਚ ਕੰਮ ਦੇਵੇਗਾ। ਜਿਹੜੇ ਥੋੜੇ ਚੁਸਤੀ ਫੁਰਤੀ ਵਾਲੇ ਸਨ ਉਹਨਾਂ ਨੇ ਆਪੋ ਆਪਣੇ ਘੋੜਿਆਂ ਨੂੰ ਵੀ ਖੁਰਾਕ ਔਰ ਆਪ ਵੀ ਕੋਈ ਥੋੜਾ ਬਹੁਤਾ ਅੰਨ ਬਣ ਛਕਿਆ ਹੈ। ਬਹੁ ਸ਼ਰਮੰਤ ਮਟਦੇ ਭਗ ਭਾਈ, ਕਹਿਣ ਲੱਗੇ ਵੀ ਇੰਨਾ ਲੰਮਾ ਸਫ਼ਰ, ਦੋ ਦਿਨ ਅਤੇ ਦੋ ਇੱਕ ਰਾਤ, ਜਿਸ ਥਲ ਗੁਰ ਘੋੜੇ ਸਾਰਿਆਂ ਨੂੰ ਇਕੱਠੇ ਕਰ ਲਿਆ, ਜਿਹੜੇ ਪਿੰਡਾਂ ਦੇ ਨੰਬਰਦਾਰ ਸਨ, ਉਸ ਸਮੇਂ ਦਾ ਰਿਵਾਜ ਸੀ ਵੀ ਜਿਹੜੇ ਨੰਬਰਦਾਰ ਹੋਇਆ ਕਰਦੇ ਸਨ ਸਰਕਾਰ, ਉਹਨਾਂ ਦੇ ਕੋਲੋਂ ਜਦੋਂ ਚਾਹੇ ਕੰਮ ਦਿੰਦੀ ਹੈ ਤੇ ਜਦੋਂ ਕੋਈ ਸਰਕਾਰ ਦਾ ਸਰਕਾਰੀ ਬੰਦਾ ਕੋਈ ਸੁਨੇਹਾ ਲੈ ਕੇ ਦੂਰ ਚੱਲਦਾ ਸੀ, ਉਸ ਵੇਲੇ ਨੰਬਰਦਾਰ ਉਹਦਾ ਪੜਦਾ ਆਪਣੇ ਮੋਢਿਆਂ ਤੇ ਚੁੱਕ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਕੇ ਆਉਂਦੇ, ਫਿਰ ਦੂਜੇ ਪਿੰਡ ਦੇ ਨੰਬਰਦਾਰ ਮੋਢੇ ਤੇ ਜਾ ਕੇ ਅਗਲੇ ਪਿੰਡ ਛੱਡ ਕੇ ਆਉਂਦੇ। ਉਹਨੇ ਲਲਾ ਦੇ ਨਗਰ ਪਹੁੰਚ ਕੇ ਇਹਨੇ ਕਈ ਪਿੰਡਾਂ ਦੇ ਜਿਹੜੇ ਨੰਬਰਦਾਰ ਔਰ ਜਿਹੜੇ ਲੋਕ ਸਨ ਉਹਨਾਂ ਨੂੰ ਇਕੱਠੇ ਕੀਤਾ ਹੈ, ਉਹਨਾਂ ਨੂੰ ਕਿਹਾ ਕਹਿੰਦੇ ਵੀ ਇਲਾਕਾ ਤੁਹਾਡਾ, ਅਸੀਂ ਤੇ ਬਾਹਰੋਂ ਆਏ ਹਾਂ, ਸਾਨੂੰ ਕੀ ਪਤਾ ਗੁਰੂ ਕਿੱਥੇ, ਚਲੋ ਸਾਡੇ ਨਾਲ ਇੱਕ ਵਾਰੀ ਗੁਰੂ ਦਿਖਾਓ ਕਿ ਗੁਰੂ ਕਿੱਥੇ ਬੈਠਾ ਹੈ। ਬ੍ਰਾਹਮਣ ਕੇ ਨਰ ਕੋ ਬੋਲਦਾਰੇ, ਉਸ ਵੇਲੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵਿਚਾਰੇ ਰਹਿੰਦੇ ਵੀ ਨੇ ਵੀ ਅਸੀਂ ਗੁਰੂ ਘਰ ਦੇ ਨਾਲ ਕਿਉਂ ਪੈਰ ਪਾਈਏ, ਕਿਉਂ ਗੁਰੂ ਦੀ ਸਿਆਈ ਨਹੀਂ ਕਰੀਏ, ਪਰ ਇਹਨੇ ਬਹੁਤ ਜ਼ਿਆਦਾ ਤਾੜਿਆ, ਬੜਾ ਡਰਾਇਆ, ਕਈਆਂ ਨੂੰ ਮਾਰਿਆ ਵੀ ਜੇ ਨਹੀਂ ਦੱਸੋਗੇ ਤੇ ਸਜ਼ਾ ਦੇਵਾਂਗਾ, ਇਸ ਤਰ੍ਹਾਂ ਕਈਆਂ ਨੂੰ ਤਾੜ ਕੇ ਫਿਰ ਜਿਹੜੇ ਆਗੂ ਸਨ ਨੰਬਰਦਾਰ ਵਿਚਾਰੇ ਹੁਣ ਮਾਰ ਪੈਂਦੀ ਕੀ ਨਾ ਕਰਦੇ, ਚੱਲ ਪਏ ਅੱਗੇ ਲੱਗ ਕੇ ਵੀ ਚਲੋ ਭਾਈ ਅਸੀਂ ਅੱਗੇ ਤੁਰਦੇ ਹਾਂ ਤੇ ਸਾਡੇ ਫਿਰ ਪਿੱਛੇ ਪਿੱਛੇ ਆ ਜਾਓ, ਅਸੀਂ ਗੁਰੂ ਦੀ ਲਾਸ਼ ਪਾ ਦਈਏ। ਪ੍ਰਭੂ ਦਸ ਜਾਨ ਸੋ ਚੱਲ ਦਿੱਤਾ ਏ, ਕਹਿਣ ਲੱਗੇ ਤੀਰਾਂ ਪੈਰ ਇਹਨਾਂ ਨੂੰ ਜਿਹੜਾ ਹੈ ਤੁਰਿਆਂ ਬਤੀਤ ਹੋ ਗਏ ਨੇ। ਸੋਚਾ ਚਾਰ ਪੈਰ ਰਾਤ ਦੇ ਤੇ ਚਾਰ ਪੈਰ ਇਸ ਦਿਨ ਦੇ ਜਿੱਦ ਦੇ ਪਹੁੰਚੇ ਨੇ, 8 ਪੈਰ ਇਸੇ ਤਰ੍ਹਾਂ ਪਿਛਲਾ ਵੀ ਜਿਹੜਾ ਦਿਨ ਹੈ ਉਹ ਵੀ ਇਹਨਾਂ ਨੇ ਰਸਤੇ ਵਿੱਚ ਲਾਇਆ, ਇਸ ਤਰ੍ਹਾਂ ਕਹਿਣ ਲੱਗੇ ਵੀ ਤੇਰਾ ਪੈਰ ਰਸਤੇ ਤੇ ਲਗਾਤਾਰ ਸਫ਼ਰ ਕਰਦੇ। ਚੌਦ ਸਮੇਂ ਮੈਂ ਗੁਰੂ ਮਿਲੇ ਆਏ, ਕਹਿਣ ਲੱਗੇ 14ਵੇਂ ਪੈਰ ਦੇ ਵਿੱਚ ਆ ਕੇ ਇਹ ਗੁਰੂ ਦੇ ਕੋਲ ਪਹੁੰਚੇ ਨੇ। ਸੋ 3 ਘੰਟਿਆਂ ਦਾ 1 ਪੈਰ ਮੰਨਿਆ ਜਾਂਦਾ ਹੈ ਤੇ 14 ਪੈਰ ਸੋ ਲੱਗ ਗਏ। 14 ਪੈਰ ਤੋਂ ਭਾਵ 48 ਘੰਟੇ ਦਾ ਸਫ਼ਰ ਜਿਹੜਾ ਹੈ ਆਪਾਂ ਉਹ ਪਿੰਡ ਕੇ ਚੱਲੀਏ ਵੀ ਇੰਨਾ ਸਫ਼ਰ ਲਗਾਤਾਰ ਇਹਨਾਂ ਨੇ ਕੀਤਾ ਹੈ।
ਆਸ਼ਰਮ ਤਰ ਸੁਖ ਵਿਸਾਲੇ ਕਹਿ ਲਗੇ ਫੌਜ ਥੱਕੀ ਰਹੀ ਹੈ ਔਰ ਇਹਨਾਂ ਫੌਜਾਂ ਦੀ ਭੁੱਖ ਵੀ ਲੱਗੀ ਹੈ। ਹਰੇ ਚਰਨ ਕਰ ਲਾਗ ਚੁਪਾਲੇ ਸੋ ਕਹਿ ਲਗੇ ਪੈਰ ਇਹਨਾਂ ਦੇ ਖੜ ਗਏ ਕਿਉਂਕਿ ਸਿਆਲ ਦੇ ਠੰਡੇ ਦੇ ਠੰਡੀਆਂ ਰਾਤਾਂ ਠੰਡੇ ਪਾਣੀ ਵਿੱਚੋਂ ਨਿਕਲ ਕੇ ਆਏ ਨੇ ਇਸ ਕਰਕੇ ਪੈਰ ਵੀ ਸੁੱਕ ਹੋ ਗਏ ਹੱਥ ਵੀ ਠੰਡ ਨਾਲ ਸੁੱਕ ਗਏ। ਤਿੰਨੋਂ ਕਾਰਨ ਤੇ ਤੁਰਕਾਨਾ ਇਹ ਤਿੰਨ ਕਾਰਨ ਨੇ ਇਹਨਾਂ ਦੀ ਮੌਤ ਦੇ। ਪਹਿਲਾ ਕਾਰਨ ਇਹ ਹੈ ਕਿ ਫੌਜ ਥੱਕੀ ਹੋਈ ਹੈ ਥੱਕਿਆ ਬੰਦਾ ਕੁਝ ਕਰ ਨਹੀਂ ਸਕਦਾ ਬੇਬਸੀ ਹੋ ਜਾਂਦੀ ਹੈ। ਦੂਜਾ ਕਾਰਨ ਫੌਜ ਨੂੰ ਭੁੱਖ ਲੱਗੀ ਹੈ ਕਿਉਂਕਿ ਜਿਹੜੀ ਭੁੱਖੀ ਫੌਜ ਹੈ ਭਾਵੇਂ ਕੋਈ ਵੀ ਦੇਸ਼ ਹੈ ਕਿੰਨੀ ਵੀ ਵੱਡੀ ਉਹਦੀ ਫੌਜ ਹੈ ਭੁੱਖੀ ਫੌਜ ਕਿਵੇਂ ਲੜੇਗੀ ਅੱਗੇ ਵਧੇਗੀ। ਦੂਜਾ ਕਾਰਨ ਇਹ ਹੈ ਕਿ ਫੌਜ ਭੁੱਖੀ ਹੈ ਤੇ ਤੀਜਾ ਕਾਰਨ ਇਹ ਹੈ ਵੀ ਇਹ ਜਿਹੜੀ ਫੌਜ ਲੈ ਕੇ ਆਏ ਨੇ ਸੋ ਕਹਿਣ ਲੱਗੇ ਵੀ ਇਹਨਾਂ ਨੂੰ ਠੰਡ ਲੱਗੀ ਹੋਈ ਹੈ। ਇਹ ਤਿੰਨ ਵੱਡੇ ਕਾਰਨ ਜਿਹੜੇ ਹਨ ਮੰਨਦੇ ਹਨ। ਇਸ ਤਰ੍ਹਾਂ ਸਾਰੀ ਫੌਜ ਵਿਆਕਲ ਹੈ ਦੁਖੀ ਹੈ ਕਿਵੇਂ ਹੁਣ ਸਾਵਧਾਨ ਨਲਾ ਦੇ ਚਾਹੁੰਦਾ ਵੀ ਨਹੀਂ ਜਿਵੇਂ ਬਾਜ ਪਿੱਤਰ ਨੂੰ ਫੜ ਕੇ ਲੈ ਜਾਂਦਾ ਤਾਂ ਗੁਰੂ ਨੂੰ ਚੁੱਕ ਕੇ ਲੈ ਜਾਵਾਂ ਛੇਤੀ ਕਰਾਂ ਪਰ ਫੌਜ ਦਾ ਵੱਸ ਕੋਈ ਨਹੀਂ ਹੈ। ਵਿਚਾਰੀ ਫੌਜ ਠਰ ਨਾਲ ਔਰ ਭੁੱਖ ਨਾਲ ਤੇ ਥਕਾਵਟ ਨਾਲ ਬੇਬਲ ਹੋ ਗਈ ਹੈ। ਨਲਾ ਦੇ ਯੁੱਧ ਸਭ ਸਰਦਾਰ ਨਲਾ ਦੇ ਦੇ ਸੁਨੇ ਦਿੰਦੇ ਸਰਦਾਰ ਮੈਂ ਲਸ਼ਕਰ ਤੋਂ ਹਾਲ ਵਿਚਾਰਾ ਨਲਾ ਦੇ ਦੇ ਮੋਢੀ ਹੈ ਨਾ ਭੁੱਖ ਇਹਨਾਂ ਦਾ ਕਮਾਂਡਰ ਹੈ ਉਹਨੂੰ ਵੇਖਣਾ ਚਾਹੀਦਾ ਸੀ ਆਪਣੀ ਫੌਜ ਦਾ ਰੁੱਖ ਵੀ ਮੇਰੀ ਫੌਜ ਇਸ ਵੇਲੇ ਲੜਨ ਦੇ ਸਮਰੱਥ ਨਹੀਂ ਹੈ ਨਾ ਤੇ ਨਲਾ ਦੇ ਨੇ ਵੇਖਿਆ ਨਾ ਹੀ ਇਹਦੇ ਨਾਲ ਕਾਸਮ ਦੇਗ ਦਾ ਭਰਾ ਹੈ ਉਹਨੇ ਵੀ ਨਹੀਂ ਵੇਖਿਆ ਵੀ ਫੌਜ ਥੱਕੀ ਹੈ ਮੈਂ ਆਪਣੇ ਭਰਾ ਨੂੰ ਸਲਾਹ ਦੇਵਾਂ ਵੀ ਇਹਨਾਂ ਨੂੰ ਆਰਾਮ ਕਰ ਲੈਣ ਦੀ ਹੈ। ਜਿਹੜੇ ਬਾਕੀ ਦੇ ਤਿੰਨ ਹੋਰ ਜਰਨੈਲ ਨੇ ਉਹਨਾਂ ਨੇ ਵੀ ਆਪਣੀ ਫੌਜ ਦੀ ਥਕਾਵਟ ਵੱਲ ਫੌਜ ਦੀ ਦੁੱਖ ਵੱਲ ਨਹੀਂ ਵੇਖਿਆ ਨਹੀਂ ਵੇਖਿਆ ਤੇ ਉਹਦਾ ਕਾਰਨ ਇਹ ਹੈ ਵੀ ਇਹਨਾਂ ਨੇ ਫੌਜ ਨੂੰ ਅੱਗ ਦੇ ਵਿੱਚ ਝੋਕ ਦਿੱਤਾ ਹੈ। ਜਿਹੜੇ ਆਪਣੀ ਫੌਜ ਦਾ ਦੁੱਖ ਜਾਣਦੇ ਨੇ ਉਹ ਫੌਜਾਂ ਕਦੇ ਵੀ ਆਪਣੇ ਕਮਾਂਡਰ ਨੂੰ ਪਿੱਠ ਨਹੀਂ ਦਿੰਦੀਆਂ। ਕਹਿਣ ਲੱਗੇ ਸਿਕੰਦਰ ਬਾਦਸ਼ਾਹ ਚੜਿਆ ਫੌਜ ਲੈ ਕੇ ਪਹਾੜੀਆਂ ਚੜ੍ਹਦਾ ਪਿਆ ਫੌਜ ਦੇ ਕੋਲ ਖਾਣ ਦਾ ਰਾਸ਼ਨ ਮੁੱਕ ਗਿਆ ਪੀਣ ਦਾ ਪਾਣੀ ਮੁੱਕ ਗਿਆ ਪਰ ਪਹਾੜੀ ਬੜੀ ਉੱਚੀ ਚੜ੍ਹਦੀ ਹੈ ਤੇ ਫੌਜੀ ਆਪਸ ਵਿੱਚ ਗੱਲਾਂ ਛਪਾਈ ਕਰਨ ਲੱਗ ਪਿਆ। ਕਹਿਣ ਲੱਗੇ ਕੀ ਲੈਣਾ ਇਹੋ ਜਿਹੀ ਨੌਕਰੀ ਤੋਂ ਜਿੱਥੇ ਪਾਣੀ ਵੀ ਨਾ ਮਿਲੇ ਔਰ ਖਾਣ ਨੂੰ ਭੋਜਨ ਨਾ ਮਿਲੇ ਤੋ ਆਪਾਂ ਨੂੰ ਛੱਡ ਕੇ ਇੱਥੋਂ ਚਲੇ ਜਾਣਾ ਚਾਹੀਦਾ। ਇੰਨੇ ਚਿਰ ਨੂੰ ਇੱਕ ਮਸ਼ਕ ਵਾਲਾ ਪਾਣੀ ਦੀ ਮਸ਼ਕ ਭਰ ਕੇ ਲੈ ਆਇਆ ਉਸਨੇ ਸਾਰਿਆਂ ਤੋਂ ਪਹਿਲਾਂ ਸਿਕੰਦਰ ਦੇ ਅੱਗੇ ਜਾ ਕੇ ਬਖਸ਼ ਦਾ ਉਸ ਮਸ਼ਕ ਦਾ ਮੂੰਹ ਖੋਲ ਕੇ ਕਿਹਾ ਮੈਂ ਕਿਹਾ ਪਾਣੀ ਪੀਓ ਤੁਸੀਂ ਸਰਦਾਰ ਹੋ ਤੁਸੀਂ ਰਾਜੇ ਹੋ ਪਹਿਲਾਂ ਤੁਸੀਂ ਪੀਓ। ਉਸ ਵੇਲੇ ਸਿਕੰਦਰ ਕਹਿਣ ਲੱਗਾ ਨਹੀਂ ਮੇਰੇ ਨਾਲੋਂ ਵੀ ਮੇਰੀ ਫੌਜ ਮੈਨੂੰ ਜ਼ਿਆਦਾ ਪਿਆਰੀ ਹੈ ਪਹਿਲਾਂ ਫੌਜ ਨੂੰ ਪਾਣੀ ਪਿਲਾਓ ਜੇ ਬਚੇਗਾ ਤੇ ਫਿਰ ਮੈਂ ਪੀਵਾਂ। ਜਦੋਂ ਇਹ ਗੱਲ ਕਹੀ ਤੇ ਫੌਜ ਨੇ ਉਸ ਵੇਲੇ ਉਹਦੀ ਇਹ ਦਲੇਰੀ ਔਰ ਹਿੰਮਤ ਔਰ ਆਪਣੇ ਪ੍ਰਤੀ ਪਿਆਰ ਦੇਖ ਕੇ ਫਿਰ ਕਹਿਣ ਲੱਗੇ ਵੀ ਉਹਨਾਂ ਨੇ ਉਹਦੇ ਵਾਸਤੇ ਤਨਦੇਹੀ ਨਾਲ ਜੰਗ ਕਰਕੇ ਪਹਾੜੀ ਨੂੰ ਸਰ ਕੀਤਾ। ਇਸ ਤਰ੍ਹਾਂ ਜਿਹੜੇ ਦੁੱਖ ਜਾਣਦੇ ਨੇ ਉਹ ਦੁੱਖ ਦੇ ਵਿੱਚ ਆਪਣੇ ਫੌਜੀਆਂ ਦੀ ਮਦਦ ਕਰਕੇ ਉਹਨਾਂ ਦਾ ਲਾਭ ਲੈ ਲੈਂਦੇ ਪਰ ਲਲਾ ਬੇਗ ਦੇ ਸਿਰੇ ਦਾ ਮੂਰਖ ਬੰਦਾ ਇਹ ਆਪਣੀ ਫੌਜ ਦੇ ਦੁੱਖ ਨੂੰ ਸਮਝ ਨਹੀਂ ਸਕਿਆ ਹੈ। ਸੋ ਇਸਨੇ ਆਪ ਤੇ ਆਪਣੇ ਸਰੀਰ ਦੇ ਉੱਪਰ ਬੜੀ ਵੱਡੀ ਸੋ ਜਿਹੜੀ ਹੈ ਚਮੜੇ ਦੀ ਇੱਕ ਬਣੀ ਹੋਈ ਬੱਤੀ ਪਾਈ ਹੋਈ ਹੈ। ਇਹਨੂੰ ਆਪ ਨੂੰ ਤੇ ਠੰਡ ਲੱਗਦੀ ਨੀ ਕਿਉਂਕਿ ਫੌਜ ਦਾ ਵੱਡਾ ਜਰਨੈਲ ਹੈ ਤੇ ਫੌਜ ਦੇ ਜਰਨੈਲ ਵਾਸਤੇ ਕੱਪੜੇ ਵੀ ਵੱਖਰੇ ਨੇ ਸੁੱਖ ਸੁਵਿਧਾ ਵੀ ਵੱਖਰੀਆਂ ਕਰਨਾ ਕੁਝ ਨਹੀਂ ਹੈ ਸਭ ਕੁਝ ਥੱਲੇ ਵਾਲੇ ਸਿਪਾਹੀ ਕਰੇ ਜਾਂਦੇ ਰੋਟੀ ਪਾਣੀ ਬਣਿਆ ਬਣਾਇਆ ਫਿਰਦਾ ਤੇ ਸਾਰਾ ਕੁਝ ਹੁਕਮ ਹੀ ਕਰਨਾ ਕਰਨਾ ਕੀ ਹੈ ਵਧੀਆ ਕੱਪੜੇ ਗਲ ਵਿੱਚ ਪਾਏ ਠੰਡ ਵੀ ਨੇੜੇ ਨਹੀਂ ਆਉਂਦੀ। ਇਹ ਆਪਣੇ ਵਾਂਗ ਹੀ ਦੂਜਿਆਂ ਨੂੰ ਸਮਝਦਾ ਵੀ ਜਿਵੇਂ ਮੈਨੂੰ ਠੰਡ ਨਹੀਂ ਲੱਗੀ ਮੈਨੂੰ ਭੁੱਖ ਨਹੀਂ ਲੱਗੀ ਜਿਵੇਂ ਮੈਂ ਨਹੀਂ ਥੱਕਿਆ ਦੂਜੇ ਵੀ ਵਿਚਾਰੇ ਉਸੇ ਤਰ੍ਹਾਂ ਦੇ ਪਰ ਦੂਜੇ ਤੇ ਥੱਕੇ ਨੇ ਨਾ ਉਹਨਾਂ ਕੋਲ ਤੇਰੇ ਵਰਗੇ ਕੱਪੜੇ ਨਹੀਂ ਉਹਨਾਂ ਕੋਲ ਤੇਰੇ ਵਰਗਾ ਖਾਣਾ ਨਹੀਂ ਪਹੁੰਚਿਆ ਇਹ ਸਮਝਦਾ ਜਿਵੇਂ ਮੈਂ ਠੀਕ ਠਾਕ ਹਾਂ ਇਸੇ ਤਰ੍ਹਾਂ ਮੇਰੀ ਫੌਜ ਵੀ ਠੀਕ ਹੈ।
ਤਿਆਰ ਕਰਾਏ ਖਾਨ ਕਰ ਲਈ। ਸੋ ਕਹਿ ਲੱਗੇ ਵੀ ਇਹਨੇ ਆਪ ਤੇ ਕਹਿ ਲਏ ਆਪਣੇ ਰਸੋਈਏ ਨੂੰ, ਇਹਨੇ ਕਿਹਾ ਵੀ ਰੋਟੀ ਬਣਾ ਕੇ ਖਾਣੀ ਹੈ, ਰਸੋਈਏ ਨੇ ਰੋਟੀ ਬਣਾਈ ਆਪ ਕੇ ਖਾ ਲਈ, ਆਪ ਕੇ ਰੱਖ ਲਿਆ, ਆਪਣੀ ਭੁੱਖ ਤੇ ਦੂਰ ਹੋ ਗਈ। ਅਪਰ ਸੁਰ ਰਜਨ ਲੜੋ ਆ ਗਏ, ਜਿਨ੍ਹਾਂ ਨੇ ਅੱਗੇ ਹੋ ਕੇ ਲੜਨਾ, ਜਿਨ੍ਹਾਂ ਨੇ ਮੌਤ ਦੇ ਅੱਗੇ ਸ਼ਾਂਤੀ ਲਾਉਣੀ ਹੈ, ਉਹਨਾਂ ਵਾਸਤੇ ਗੁਜ਼ਰਾਂ ਇੰਤਜ਼ਾਮ ਕੀਤਾ ਵੀ ਇਹਨਾਂ ਵਾਸਤੇ ਵੀ ਕੁਝ ਬਣਾਵਾ, ਜਿਹੜੇ ਮੇਰੇ ਵਾਸਤੇ ਮਰ ਚੱਲੇ ਆਪ ਆਪ ਰੱਜ ਕੇ ਚੰਗੀ ਤਰ੍ਹਾਂ। ਛੋਟੇ ਮੋਟੇ ਅਹੁਦੇਦਾਰ ਸਨ, ਉਹਨਾਂ ਨੇ ਥੋੜਾ ਬਹੁਤਾ ਆਖਿਆ ਵੀ ਅਸੀਂ ਥੱਕੇ ਹੋਏ ਆ, ਲੜ ਕੋਈ ਨੀ ਸਕਦੇ, ਸਾਨੂੰ ਆਰਾਮ ਕਰ ਲੈਣ ਦਿਓ, ਗੁਰੂ ਕਿਹੜਾ ਭੱਜ ਲਿਆ, ਕੱਲ ਨੂੰ ਹੌਲਾ ਕਰਾਂਗੇ, ਰੋਟੀ ਪਾਣੀ ਬਣਾ ਕੇ ਖਾਈਏ, ਅੱਗ ਸੇਕੀਏ। ਥੋੜੀ ਬਹੁਤੀ ਆਵਾਜ਼ ਚੂਚਾ ਦੇ ਸਾਰਿਆਂ ਨੇ ਕੀਤੀ, ਪਰ ਲੜਾ ਦੇ ਕਿੱਥੋਂ ਮੰਨਦਾ ਕਿਸੇ ਦੀ, ਨਹੀਂ ਇਹਨੇ ਕਿਸੇ ਦੀ ਸਲਾਹ ਨਹੀਂ ਮੰਨੀ। ਆਪਣੇ ਸਿਪਾਹੀਆਂ ਨੂੰ ਦਾਬਾ ਮਾਰਦਾ, ਕਹਿਣ ਲੱਗਾ ਚੁੱਪ ਕਰ ਦਿਓ ਸਾਰੇ ਜਾਣ, ਛੇਤੀ ਕਰੋ, ਬਾਦਸ਼ਾਹ ਦਾ ਹੁਕਮ ਹੈ ਵੀ ਡੇਰੀ ਨਹੀਂ ਲਾਉਣੀ ਹੈ, ਜੇ ਡੇਰੀ ਲਾ ਕੇ ਪਕਾ ਹੋਵੇ ਤੇ ਲਾ ਲੈਣੀ ਚਾਹੀਦੀ, ਪਰ ਜੇ ਡੇਰੀ ਨਾ ਲਾ ਕੇ ਨੁਕਸਾਨ ਹੈ ਤੂੰ ਰੱਬ ਨਹੀਂ ਕਰਨਾ ਚਾਹੀਦਾ, ਪਰ ਇਹ ਸਮਝਿਆ ਨਹੀਂ, ਕਹਿਣ ਲੱਗਾ ਬਾਦਸ਼ਾਹ ਦਾ ਹੁਕਮ ਹੈ ਵੀ ਬਹੁਤਾ ਟਾਈਮ ਨਹੀਂ ਲਾਉਣਾ ਹੈ। ਆਪਣੇ ਸੌ ਸਵਾਰ ਅੱਗੋਂ ਭੇਜੇ ਸਨ ਕਿ ਤੁਸੀਂ ਅੱਗੋਂ ਜਾ ਕੇ ਖਬਰ ਲਿਆ ਕੇ ਸਾਨੂੰ ਦੇਣੀ ਹੈ, ਉਹ ਸੌ ਸਵਾਰਾਂ ਤੱਕ ਇਹਦੀ ਫੌਜ ਪਹੁੰਚ ਗਈ ਹੈ। ਜਉ ਮਾਵਨ ਤੇ ਬਾਗੋ ਖਾਏ, ਜਿਵੇਂ ਇਹ ਭੱਜੇ ਹੋਏ ਸਨ ਘੋੜਿਆਂ ਦੀਆਂ ਵਾਗਾਂ ਫੜ ਕੇ, ਅਜਣ ਜੇ ਇਹਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਹੈ ਇਹ ਅੱਗੋਂ ਦੂਰੋਂ ਹੀ ਇਹਨਾਂ ਨਾਲ ਪਤਾ ਲੱਗ ਜਾਣਾ, ਸੋ ਇਹ ਵਿਚਾਰੇ ਆਉਂਦੇ ਪਏ ਘੋੜਿਆਂ ਨੂੰ ਭਜਾ ਕੇ ਬੜੇ ਫੌਜ ਦੇ ਨਾਲ ਵੀ ਗੁਰੂ ਕਿਹੜਾ ਇੱਥੇ ਨੇੜੇ ਹੈ, ਜਿਵੇਂ ਅੱਗੇ ਵਧੇ ਹਨ। ਗੁਰੂ ਦੇ ਸੂਰਮੇ ਤਿਆਰ ਸਨ, ਸੌ ਬੰਦਾ ਬੰਦੂਕਾਂ ਤਿਆਰ ਕਰਕੇ ਗੋਲੀਆਂ ਵਿੱਚ ਬੈਠਾ, ਉਹ ਆਪਣੇ ਸਿਸਤ ਬੰਨ ਕੇ ਨਿਸ਼ਾਨਾ ਬੰਨ ਕੇ ਬੈਠੇ, ਸਾਰਿਆਂ ਨੇ ਅੱਗੋਂ ਗੋਲੀਆਂ ਚਲਾਈਆਂ, ਇਸ ਤਰ੍ਹਾਂ ਕੜ ਕੜ ਦੀ ਆਵਾਜ਼ ਆਈ, ਬੰਦੂਕਾਂ ਵਿੱਚੋਂ ਗੋਲੀਆਂ ਚੱਲੀਆਂ ਹਨ, ਕਈ ਦੁਸ਼ਮਣ ਜਿਹੜੇ ਸਨ ਗੋਲੀਆਂ ਵੱਜ ਕੇ ਉੱਥੇ ਹੀ ਮੌਤ ਨੂੰ ਪਿਆਰੇ ਹੋ ਗਏ, ਉੱਥੇ ਹੀ ਮੌਤ ਨੂੰ ਪ੍ਰਾਪਤ ਹੋਏ। ਲਸ਼ਕਰ ਮੁਖ ਤੇਰਾ, ਇਸ ਤਰ੍ਹਾਂ ਤੋਰਾ ਕਹਿਣ ਲੱਗੇ ਤੋੜ ਦਿੱਤਾ, ਭੱਜੀ ਆਉਂਦੀ ਫੌਜ ਜਿਹੜੀ ਅੱਗੇ ਨੂੰ ਵਧੀ ਆਉਂਦੀ ਸੀ ਨਾ, ਗੁਰੂ ਕਿਹਾ ਸਿੱਖਾਂ ਨੇ ਇਹ ਬੰਦੂਕਾਂ ਵਿੱਚੋਂ ਗੋਲੀ ਚਲਾ ਕੇ ਇਹਨਾਂ ਦੇ ਮੂੰਹ ਤੋੜ ਦਿੱਤੇ। ਦੇਖਤ ਨਾ ਜਾਮਨ ਕੋ ਤਮ ਘੋਰਾ, ਦੱਸਦੇ ਆ ਵੀ ਇੱਕ ਤੇ ਹਨੇਰਾ, ਹਨੇਰੇ ਵਿੱਚ ਪਤਾ ਨੀ ਲੱਗਦਾ ਗੋਲੀ ਕਿਧਰੋਂ ਆਈ, ਹਨੇਰਾ ਹੋਣ ਕਰਕੇ ਇਹਨਾਂ ਨੂੰ ਪਤਾ ਨੀ ਲੱਗਦਾ। ਲਲਾ ਦੇਵ ਜਾ ਕੇ ਗੁਰ ਕਿਹਾ, ਉਸ ਵੇਲੇ ਲਲਾ ਦੇਵ ਨੇ ਜਾਣਿਆ, ਕਹਿਣ ਲੱਗਾ ਵੀ ਗੋਲੀ ਚੱਲੀ ਹੈ, ਮਹਾਰਾਜ ਦੇ ਸਿੰਘ ਦੇ ਸਿਰ ਤੇ ਚੜ ਬੈਠੇ ਆ, ਮਹਾਰਾਜ ਦੇ ਕੋਲ ਆ ਗਏ, ਸਤਿਗੁਰ ਜੋਤ ਚੜਾਏ ਮਾਰਾ ਪਰੇ ਖਰੇ ਕਰ ਪਾਏ, ਮਾਰਾ ਬਹੁਤ ਜ਼ਿਆਦਾ ਪੈਂਦਾ।
ਜਾਂਦਾ ਪਿਆ, ਕੱਕਰ ਪੈਂਦਾ ਪਿਆ, ਪੂਰਾ ਪਿਆ ਹੋਇਆ, ਕੋਈ ਚੁਣੀ ਹੋਈ ਕਿਸੇ ਕੰਮ ਦੀ ਨਹੀਂ ਹੈ। ਜਿਹੜੀ ਰਾਤ ਜਗਮਗ ਜਗਮਗ ਹੁੰਦੀ ਪਈ ਹੈ, ਬੜਾ ਰੌਲਾ ਪੈ ਗਿਆ ਘੋੜੇ ਦੇ ਹਿਰਕ ਦੇ
ਖੜੇ ਹੋਏ ਦਿਖਾਈ ਦਿੰਦੇ ਹਨ। ਸਾਰੇ ਹੀ ਸਮੇਟ ਦੇਣੇ, ਸਾਰੇ ਹੀ ਮਾਰ ਦੇਣੇ, ਇਸ ਤਰ੍ਹਾਂ ਕੰਬਰ ਦੇ ਕਹਿੰਦਾ ਹੈ।
ਖੁਦਾ ਨੇ ਬਾਂਧ ਦਿਓ ਫਿਰ ਤਰਾਸ ਭਰੇ ਥਾਂ ਰਹੇ। ਜਿੱਤ ਸਾਨੂੰ ਖੁਦਾ ਨੇ ਦਿੱਤੀ ਹੈ, ਖੁਦਾ ਨੇ ਤੇ ਮਤ ਮਾਰ ਦਿੱਤੀ ਗੁਰੂ ਨੂੰ, ਜਿਹੜਾ ਗੁਰੂ ਭੱਜ ਨਹੀਂ ਸਕਿਆ, ਭੱਜ ਜਾਂਦਾ ਤੇ ਜਾਨ ਭੱਜ ਜਾਂਦੀ, ਕਿ ਗੁਰੂ ਇੱਥੇ ਬੈਠਾ, ਕਿ ਖੁਦਾ ਨੇ ਸਾਨੂੰ ਜਿੱਤ ਦਿੱਤੀ ਹੈ, ਅਸੀਂ ਇੱਥੇ ਬੈਠੇ ਬਿਠਾਏ ਗੁਰੂ ਨੂੰ ਫੜ ਲੈਣਾ ਹੈ। ਸੌ ਤਰੰਗ ਲੈ ਆਪ ਦੋਨੋਂ ਜਾਏ ਮੈਂ ਗੁਰਲੇ ਗਏ, ਅਸੀਂ ਗੁਰੂ ਨੂੰ ਵੀ ਫੜ ਕੇ ਲੈ ਜਾਣਾ, ਬਾਦਸ਼ਾਹ ਦੇ ਘੋੜੇ ਵੀ ਗੁਰੂ ਕੋਲ ਹੋ ਕੇ ਲੈ ਜਾਂਦੇ ਹਨ। ਸਾਹੋ ਕਰੇ ਬਖਸ਼ੀਸ ਮਾਂ ਜਸ ਪੈਰ ਪਰੈ ਸਭੇ ਤੁਰਨਾ, ਬਾਦਸ਼ਾਹ ਸਾਡੇ ਤੇ ਬਹੁਤ ਜ਼ਿਆਦੀਆਂ ਬਖਸ਼ਿਸ਼ਾਂ ਕਰੇਗਾ, ਤੇ ਤੁਰਕਾਂ ਦੀ ਫੌਜ ਵਿੱਚ ਸਾਡਾ ਜਸ ਹੋਵੇਗਾ, ਕਿ ਅਸੀਂ ਗੁਰੂ ਦਾ ਬਾਦਸ਼ਾਹ ਦਾ ਦੁਸ਼ਮਣ ਜੋ ਗੁਰੂ ਹੈ ਉਹਨੂੰ ਫੜ ਕੇ ਲੈ ਕੇ ਗਏ। ਚਾਰ ਹਜ਼ਾਰ ਹੀ ਸੈਨ ਸੁਣੀ ਹਮਰੇ ਟਿਕਹਿ ਰੋ ਪੰਚ ਮਹਾਜਾ, ਕਹਿ ਲੱਗਾ ਡਰਦਾ ਦਾ ਗੁਰੂ ਕੋਲ 4,000 ਸਾਡੇ ਕੋਲ 35,000, ਹੁਣ 35,000 ਦਾ ਮੁਕਾਬਲਾ 4,000 ਕਿਵੇਂ ਕਰੇ, ਸਾਨੂੰ ਕਰਨ ਦੀ ਲੋੜ ਨਹੀਂ ਹੈ, ਗੁਰੂ ਨੂੰ ਫੜਨਾ ਮਾਰਨਾ ਬੜਾ ਸੌਖਾ ਹੈ। ਆਟੇ ਮੈਂ ਦੋ ਸਮਾਨ ਮਿਲਾ ਵੋ ਕੌਣ ਤਰੇ ਦਰਵੇ ਹਦਵਾਨ, ਆਟੇ ਦੇ ਵਿੱਚ ਲੂਣ ਹੁੰਦਾ ਨਮਕ ਹੁੰਦਾ, ਗੁਰੂ ਦੀ ਫੌਜ ਦੇ ਨਮਕ ਮਾਂਗ ਥੋੜੀ ਜੀ ਹੈ, ਆਟਾ ਸਾਡੀ ਫੌਜ ਵੱਡੀ ਹੈ, ਪਰ ਇਹ ਨਹੀਂ ਜਾਣਦਾ ਵੀ ਆਟੇ ਵਿੱਚ ਥੋੜਾ ਜਿਹਾ ਵੱਧ ਪੈ ਜਾਏ ਤੇ ਸਾਰਾ ਹੀ ਕੌੜਾ ਹੋ ਜਾਂਦਾ, ਖਾਣ ਦੇ ਯੋਗ ਨਹੀਂ ਰਹਿ ਜਾਂਦਾ। ਸੋ ਕਹਿਣ ਲੱਗਾ ਗੁਰੂ ਦੀ ਫੌਜ ਦੀ ਬੜੀ ਥੋੜੀ ਹੈ, ਆਪਣੀ ਫੌਜ ਬੜੀ ਵੱਡੀ ਹੈ। ਇੱਕ ਗੁਰੂ ਸਿੱਖ ਹੈ ਹਮਰੇ ਦਸ ਕੋ ਬਲਵਾਨ ਜੋ ਹੋਏ ਨਾ, ਆਪਣੇ ਭਰਾ ਨੂੰ ਸ਼ਰਾਬ ਦੇ ਨਸ਼ੇ ਵਿੱਚ ਕਹਿੰਦਾ ਗੁਰੂ ਦਾ ਸਿੱਖ ਇੱਕ ਤੇ ਸਾਡੇ ਦਸ, ਹੁਣ ਇੱਕ ਬੰਦਾ ਦਸਾਂ ਬੁੱਤ ਨਹੀਂ ਨਾ ਦੇਖ ਸਕਦਾ, ਸਾਡੇ ਦਸ ਬੰਦੇ ਤੇ ਗੁਰੂ ਦੇ ਸਿੱਖ ਨੂੰ ਢਾ ਹੀ ਲੈਣਗੇ, ਇਹ ਮੁਕਾਬਲਾ ਸਾਵਾ ਨਹੀਂ ਹੈ, ਇਹ ਤੇ ਮੁਕਾਬਲਾ ਬਹੁਤ ਫਰਕ ਵਾਲਾ ਹੈ, ਇਸ ਤਰ੍ਹਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ। ਮਾਨ ਸ਼ਰਾਮ ਕਰੇ ਪੌਦੀ ਇੱਕ ਬੋ ਗੱਲਾਂ ਰਣ ਫੇਰ ਉਚਾਰੇ, ਇਸ ਤਰ੍ਹਾਂ ਕਹਿ ਕੇ ਸ਼ਰਾਬ ਦੀ ਘੁੱਟ ਫਿਰ ਭਰੀ ਹੈ, ਬੁੱਧ ਮੂੰਹ ਨੂੰ ਲਾਈ ਹੈ, ਇਸ ਨੂੰ ਸ਼ਰਾਬ ਪੀਂਦਿਆਂ ਵੇਖ ਕੇ ਵੱਡੇ ਭਰਾ ਨੇ ਲੜਾ ਦੇਖਦੇ ਫਿਰ ਇਸ ਤਰ੍ਹਾਂ ਆਖਿਆ ਹੈ, ਜ਼ੋਰ ਭਰਿਆ ਮਾ ਘੋਰ ਸੁਣੈ ਰਵ ਤੂੰ ਪ੍ਰਸਥਾਨੋ ਠੌਰ ਅਗਾਰੀ, ਤੂੰ ਸਮਝਦਾ ਕਿਉਂ ਨਹੀਂ ਮੇਰੀ ਗੱਲ, ਜੱਗ ਦੇ ਵਿੱਚ ਜ਼ੋਰ ਪੈ ਗਿਆ, ਉਹਦੇ ਸਾਡੀ ਫੌਜ ਨੂੰ ਮਾਰਦੇ ਪਏ ਨੇ, ਤੂੰ ਅੱਗੇ ਵੱਧ ਕੇ ਫੌਜ ਦੀ ਕਮਾਂਡ ਕਰਨਾ ਕਰ। 7,000 ਸੌਰਜੇ ਸੂਰਜ ਕਰੇ ਆਪਣੇ ਸੰਗ ਮੈਂ ਬਲ ਭਾਰੀ, 7,000 ਸੂਰਮਾ ਜਿਹੜਾ ਬਲ ਵਾਲਾ ਨਾ ਘੋੜ ਸਵਾਰ ਉਹ ਇਹਦੇ ਨਾਲ ਹੁੰਦੇ ਹਨ। ਆਗੇ ਕੋਰੋ ਕੋ ਜਾਏ ਬਿਲੋ ਕੋ ਰੌਣ ਮਹਾ ਕਿ ਬਹੁਤ ਬੁਕਾਰੇ, ਇਹ ਜਾ ਕੇ ਰੁਕੋ ਜਿੱਥੇ ਗੁਰੂ ਦੇ ਸੂਰ ਕੇ ਲੱਗਦੇ ਪਏ, ਪਰ ਵੇਖ 7,000 ਦੀ ਫੌਜ ਲੈ ਕੇ ਉੱਥੇ ਜਾ ਕੇ ਜੰਗ ਮੈਦਾਨ ਨੂੰ ਸਾਹਮਣਾ ਕਰ। ਰਾਤ ਕੀ ਆਏ ਸਮਾਨ ਚਲਿਓ ਬਾਪਾਨ ਸੁਰਾ ਕਰ ਵੀਰ ਹੰਕਾਰੇ, ਲੱਗੇ ਬੜਾ ਹੰਕਾਰੀ ਹੈ ਕੰਬਰ ਵੇਗ, ਆਪਣੇ ਭਰਾ ਦੀ ਆਗਿਆ ਮੰਨ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੀ ਫੌਜ ਲੈ ਕੇ ਅੱਗੇ ਵਧਿਆ ਹੈ। ਕੰਬਰ ਵੇਗ ਨੇ ਵੇਗ ਕਰਿਓ ਉਦ ਵੇਗ ਸੋ ਵੇਗ ਲਾ ਨਾ ਸਹਾਰੀ, ਜਿਹੜਾ ਕੰਬਰ ਵੇਗ ਹੈ ਵੇਗ ਨਾਮ ਕਾਲੀ ਦਾ ਸ਼ਿੱਦੀ ਦਾ, ਸ਼ਿੱਦੀ ਨਾਲ ਆਪਣੀ ਫੌਜ ਲੈ ਕੇ ਅੱਗੇ ਵਧਿਆ, ਆਪਣੇ ਭਰਾ ਦੀਆਂ ਗੱਲਾਂ ਸਹਾਰ ਨਹੀਂ ਸਕਿਆ, ਵੀ ਮੈਨੂੰ ਇਸ ਨੇ ਐਸੇ ਵਚਨ ਕੀਤੇ ਨੇ, ਗੁੱਸੇ ਦੇ ਵਿੱਚ ਅੱਗੇ ਵਧਿਆ ਹੈ। ਵੀਰ ਦਮਾਮੇ ਸਮੂਹ ਵਜੇ ਦਲ 7,000 ਚਲੇ ਬਲ ਭਾਰੀ, ਵਜੇ ਨਗਾਰੇ ਵੱਜਦੇ ਪਏ, 7,000 ਦੀ ਗਿਣਤੀ ਦੀ ਫੌਜ ਲੈ ਕੇ ਅੱਗੇ ਤੁਰਿਆ ਜਾਂਦਾ ਹੈ। ਏਲਾ ਪੁਕਾਰਤ ਗੋਰਨ ਮਾਰਤ ਤੋਮਰ ਧਾਰਤ ਆਏ ਅਗਾਰੀ, ਆਪਣੀ ਫੌਜ ਨੂੰ ਕਹਿੰਦਾ ਫੜ ਲਓ ਮਾਰ ਲਓ ਹੱਲਾ ਕਰੋ, ਇਸ ਤਰ੍ਹਾਂ ਗੋਲੀਆਂ ਚਲਾਉਂਦਾ ਹੋਇਆ ਤੀਰ ਚਲਾਉਂਦਾ ਹੋਇਆ ਜੰਗ ਮੈਦਾਨ ਦੇ ਵਿੱਚ ਅੱਗੇ ਵਧਿਆ ਹੈ। ਸ੍ਰੀ ਹਰਗੋਬਿੰਦ ਧੀਰ ਬਲੀ ਪਰ ਵੀਰ ਸਮੀਰ ਕੇ ਸੰਗ ਬਖਾਨਾ, ਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਬੜੇ ਵੱਡੇ ਧੀਰ ਧਾਰੀ, ਸੋ ਕਹਿਣ ਲੱਗੇ ਸਾਹਿਬ ਧੀਰ ਦੇ ਰਹਿਣ ਵਾਲੇ ਮਹਾਰਾਜ ਜੀ, ਸੋ ਕਹਿਣ ਲੱਗੇ ਉਹਨਾਂ ਦੇ ਇਸ ਤਰ੍ਹਾਂ ਫਿਰ ਬਚਨ ਕੀਤੇ ਹਨ, ਆਏ ਸਹਾਇਕ ਹੋਏ ਅਵੈ ਲਗ ਸ਼ੇਰ ਹਿਮਾਲਾ ਸੀਤ ਮਹਾਨਾ, ਗੁਰੂ ਪਾਤਸ਼ਾਹ ਮਹਾਰਾਜ ਦੀਆਂ ਨੇ ਉਸ ਵੇਲੇ ਕਿ ਜਿਹੜੀ ਕੁਦਰਤ ਹੈ ਨਾ ਸ੍ਰਿਸ਼ਟੀ ਹੈ, ਇਹ ਜਿਹੜੇ ਸੋ ਪਵਨ ਪਾਣੀ ਜਿੰਨੇ ਵੀ ਇਹ ਤੱਤ ਨੇ ਇਹ ਮਹਾਰਾਜ ਦੇ ਹੁਕਮ ਦੇ ਵਿੱਚ, ਸਤ
ਪਾਤਸ਼ਾਹ ਨੇ ਉਸ ਵੇਲੇ ਹਵਾ ਨੂੰ ਹੁਕਮ ਦਿੱਤਾ, ਪਵਨ ਨੂੰ ਹੁਕਮ ਦਿੱਤਾ ਵੀ ਇਹ ਸਵੇਰ ਪਰਬਤ ਤੇ ਚੱਲਣ ਵਾਲੀ ਠੰਡੀ ਹਵਾ ਵਾਲੀ ਹੁਣ ਮਾਲਵੇ ਦੇ ਵਿੱਚੋਂ ਵੀ ਆ ਕੇ ਆਪਣਾ ਗੇੜਾ ਕੱਢ, ਕਿਉਂਕਿ ਠੰਡੀ ਰਾਤ ਹੈ ਤੇ ਜਿੰਨੀ ਠੰਡੀ ਹਵਾ ਚੱਲੇਗੀ ਦੁਸ਼ਮਣ ਦੇ ਸਰੀਰ ਸੁੰਨ ਹੋ ਜਾਣਗੇ, ਠੰਡ ਜਾਣਗੇ। ਜੇ ਸਤਿਗੁਰਾਂ ਦਾ ਹੁਕਮ ਪਾ ਕੇ ਕਹਿਣ ਲੱਗੀ ਠੰਡੀ ਹਵਾ ਉਸੇ ਵੇਲੇ ਚੱਲਣ ਲੱਗੀ ਹੈ। ਸੁਤਨ ਕੇ ਤਨ ਸੀਤ ਕਰੋ ਦਿਲ ਤੇ ਨਾ ਬਨੇ ਕੁਛ ਹੈ। ਦੁਸ਼ਮਣ ਨੇ ਇਹਨਾਂ ਦੇ ਸਰੀਰ ਇੰਨੇ ਠੰਡੇ ਕਰਦੇ ਠੰਡ ਦੇ ਨਾਲ ਕਿ ਇਹਨਾਂ ਦੇ ਕੋਲੋਂ ਕੁਝ ਹੋਵੇ ਹੀ ਨਾ, ਇਹ ਬਸ ਬੁੱਤਾਂ ਦੇ ਵਾਂਗ ਖੜੇ ਰਹਿ ਜਾਣ ਕਿ ਸਾਡਾ ਹੁਕਮ ਮੰਨ ਕੇ ਇਸੇ ਤਰ੍ਹਾਂ ਹੋਣਾ ਕਰੇ। ਉਠੈ ਸਭ ਖੇਰ ਸਰੀਰ ਅਧੀਰਜ ਵੀਰਜ ਕੋ ਕਰ ਹਸਾ। ਸਤਿਗੁਰਾਂ ਦਾ ਹੁਕਮ ਹੋਣ ਦੀ ਦੇਰ ਹੈ, ਕਿਤੇ ਠੰਡੀ ਹਵਾ ਚੱਲੀ, ਇਹ ਜਿਹੜਾ ਕੱਪੜ ਵੀ ਅੱਗੇ ਨੂੰ ਵਧਿਆ ਸੀ ਨਾ 7000 ਸੂਰਮਾ ਲੈ ਕੇ ਸਾਰੇ ਕੱਪੜ ਲੱਗ ਕਬਰ ਵੇਗ ਜਿਹੜਾ ਨਾ ਬਰਫ ਦੇ ਪਹਾੜ ਨੂੰ ਜੱਫੀ ਪਾਉਣ ਵਾਸਤੇ ਅੱਗੇ ਵਧਿਆ ਹੋਵੇ, ਐਸੀ ਇਹਦੀ ਹਾਲਤ ਬਣੀ ਹੈ। ਇਸੇ ਤਰ੍ਹਾਂ ਭਾਈ ਜੋਧ ਦਾ ਭਰਾ ਹੈ ਸਵੇਰ ਸ਼ਾਮ ਉਹਨੇ ਵੇਖਿਆ
ਆਪਣੇ ਭਰਾ ਦੇ ਵੱਲ, ਕਹਿਣ ਲੱਗਿਆ ਕਿ ਦੁਸ਼ਮਣ ਦਾ ਇਸ ਵੇਲੇ ਜ਼ੋਰ ਪੈ ਗਿਆ, ਹੁਣ ਤੈਨੂੰ ਅੱਗੇ ਵਧਣਾ ਚਾਹੀਦਾ ਹੈ।
ਬਕਰੀ ਹੋਈ ਇਸ ਤਰ੍ਹਾਂ ਡਿੱਗੇ ਪੈ
ਵੀ ਅਸੀਂ ਆਪਸ ਵਿੱਚ ਲੜਦੇ ਪਏ ਹਾਂ ਕਿ ਗੁਰੂ ਵੀ ਸਿੱਖਾਂ ਨਾਲ ਲੜਦੇ ਪਏ ਹਾਂ, ਕਹਿੰਦੇ ਅਸੀਂ ਹਾਲਤ ਬਣ ਗਈ ਹੈ।